जित गया, मैं जित गया। बहुत ज्यादा खुशी है जी, बहुत सारे पिंड ने सहयोग दिता जी, बहुत ज्यादा सारे पिंड का धन्यवाद जी, सारे नगर का धन्यवाद। दसवीं तक करा गे, होर भी गलियां नालियां ਬਣਾਵਾਂਗੇ ਜਿੱਥੇ ਵੀ ਕੋਈ ਕੰਮ ਦੀ ਲੋੜ ਹੋਵੇ। ਪਿੰਡ ਦੇ ਪਿੰਡ ਰਹੇ ਐਡੀ ਵੱਡੀ ਫਤਿਹ ਨੇ ਜਤਾਇਆ, ਕਿੰਨਾ ਖੁਸ਼ ਹੋ ਸੀ ਕੀ ਕਹਿੰਦੇ, ਬਹੁਤ ਖੁਸ਼ੀ ਹੋ ਰਹੀ ਹੈ ਜੀ, ਸਾਰਾ ਪਿੰਡ ਆਪਣੇ ਨਾਲ ਆ ਜੀ, ਉੱਥਾ ਮਲਾਵਾਂਗੇ ਤੇ ਹੋਰ ਵੀ ਕੋਈ ਪਿੰਡ ਦਾ ਜਿਵੇਂ ਜਿਵੇਂ ਕੰਮ ਹੋਊਗਾ ਸਭ ਕਰਾਂਗੇ। ਸ਼ਾਂਤੀ ਬਣਾ ਜਾ ਜੀ, ਤੁਹਾਡਾ ਪੁੱਤਰਾ ਜੋ ਪਿੰਡ ਦੇ ਸਰਪੰਚ ਬਣਾਇਆ ਮੈਨੂੰ ਉਹਨੇ ਨੇ, ਕਿੰਨੇ ਖੁਸ਼ ਤੇ ਕੀ ਕਹੋਗੇ? ਇਹ ਸਾਰੇ ਪਿੰਡ ਦਾ ਧੰਨਵਾਦ ਹੈ ਜੀ, ਸਾਨੂੰ ਬਹੁਤ ਬੜੀ ਬੜੀ ਖੁਸ਼ੀ ਹੋਈ ਹੈ ਜੀ, ਸਾਰੇ ਕੰਮ ਸਵਾਰਾਂਗੇ, ਸੋਹਣ ਸੋਹਣ ਕੰਮ ਕਰਨਗੇ, ਨਸ਼ਿਆਂ ਤੋਂ ਰਹਿਤ ਕਰਨਗੇ, ਸਾਰਾ ਨਗਰ ਨਾਲ ਰਲ ਕੇ ਸਕੂਲ ਵੀ ਬਣਾਉਣਗੇ, ਚੰਗੇ ਤੋਂ ਚੰਗਾ ਕੰਮ ਕਰਨਗੇ, ਸੋਭੇ ਖਿੱਚਣਗੇ। ਆਪਣਾ ਤਾਂ ਇਹ ਹੱਥ ਬਣ ਕੇ ਬੇਨਤੀ ਵੀ ਚੰਗੇ ਤੋਂ ਚੰਗਾ ਕੰਮ ਕਰਨਾ, ਬੱਚਿਆਂ ਸਾਰੇ ਸਹੂਲਤਾਂ ਸਾਰੀਆਂ ਵਧੀਆ ਤੋਂ ਵਧੀਆ ਬਣਾਉਣੀਆਂ ਹੈਗੀਆਂ, ਵੀ ਆਪਾਂ ਇਸ ਪਿੰਡ ਲੀਜ਼ ਲਿਆਉਣਾ, ਸਾਰਾ ਵਧੀਆ ਬਣਾਉਣਾ ਸਾਰਾ, ਵੀ ਇਹੋ ਜਿਹਾ ਕੰਮ ਨਾ ਹੋਵੇ, ਆਪਾਂ ਨੇਕੀ 'ਚ ਨੇਕੀ ਖੱਟਣੀ ਹੈ ਸਾਰੀ, ਇਹੀ ਆਪਾਂ ਲਿਆ ਆਪਾਂ ਚੋਣ ਹੁਣ ਆਪਾਂ ਵੀ ਆਪਾਂ ਸਾਰੇ ਵਧੀਆ ਕਰਨਾ, ਪਤਾ ਇਸ ਕੰਮ ਦੇ ਬੱਚੇ ਵੀ ਮਗਰ ਲਾਉਣੇ ਨੇ, ਸਾਰਾ ਕੰਮ ਵਧੀਆ ਤੋਂ ਵਧੀਆ ਬਣਾਉਣਾ ਹੈਗਾ, ਸਕੂਲ ਵੀ ਬਣਾਉਣਾ ਬੱਚਿਆਂ ਖਾਤਰ, ਹੋਰ ਵੀ ਸਾਰਾ ਸੋਹਣਾ ਤੋਂ ਸੋਹਣਾ ਕੰਮ ਕਰਨਾ। ਹਾਂਜੀ, ਤੁਸੀਂ ਵੀ ਸਾਬਕਾ ਸਰਪੰਚ ਔਰ ਸਪੈਂਸਰ, ਸਭ ਤੋਂ ਪਹਿਲਾਂ ਤੁਹਾਨੂੰ ਵਧਾਈਆਂ, ਅੱਜ ਤੁਹਾਡਾ ਭਤੀਜਾ ਜਗਜੀਤ ਕੈਲ ਬਾਰੇ ਕੀ ਕਹੋਗੇ? ਬਹੁਤ ਬਹੁਤ ਵਧਾਈਆਂ ਜੀ ਆਪਣੇ ਚੈਨਲ ਨੂੰ, ਬਹੁਤ ਬਹੁਤ ਵਧਾਈਆਂ ਸਾਡੇ ਨਗਰ ਨੂੰ, ਨਬਦਾ ਸਾਹਿਬ ਨੂੰ, ਇਹਨਾਂ ਦੇ ਪਰਿਵਾਰ ਨੂੰ, ਸਾਨੂੰ ਬਹੁਤ ਵੱਡਾ ਵਿਸ਼ਵਾਸ ਹੈ ਵੀ ਬਹੁਤ ਵੱਧ ਚੜ੍ਹ ਕੇ ਤਰੱਕੀ ਵੱਲ ਵਧਣਗੇ, ਬਹੁਤ ਵੱਧ ਤੋਂ ਵੱਧ ਕਰੂਗਾ ਜੀ ਇਹ, ਅਸੀਂ ਇਹਦੇ ਨਾਲ ਹਾਂ, ਸਾਡਾ ਇਹ ਬੱਚਾ ਹੈ, ਸਾਡਾ ਸਦਾ ਸਿਰ 'ਤੇ ਹੱਥ ਹੈ, ਸਦਾ ਰਹੂਗਾ, ਵੱਧ ਤੋਂ ਵੱਧ ਸਾਥ ਦੇਵਾਂਗੇ ਇਹਦਾ, ਨਿਆਣਾ ਕੋਈ ਉੜਕ ਹੋ ਸਕਦੀ ਹੈ ਪਰ ਅਸੀਂ ਸਦਾ ਨਾਲ ਰਹਾਂਗੇ ਇਹਦੇ। ਹਾਂਜੀ ਜਸਵੀਰ ਸਿੰਘ ਜੀ, ਤੁਹਾਡੇ ਪਿੰਡ ਦਾ ਇੱਕ ਨੌਜਵਾਨ ਸਰਪੰਚ ਬਣ ਕੇ ਆਇਆ ਪਿੰਡ ਦੇ ਵਿੱਚ, ਤੁਹਾਡੇ ਪਿੰਡ ਦੇ ਸਹਿਯੋਗ ਨਾਲ, ਇਹਦੇ ਬਾਰੇ ਕੀ ਕਹੋਗੇ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਟੀਵੀ ਚੈਨਲ ਵਾਲਿਆਂ ਨੂੰ ਲੱਖ ਲੱਖ ਵਧਾਈਆਂ, ਮੈਨੂੰ ਆਪਣੇ ਨਗਰ ਨੂੰ ਲੱਖ ਲੱਖ ਵਧਾਈਆਂ, ਨੰਬਰਦਾਰ ਪਰਿਵਾਰ ਨੂੰ ਲੱਖ ਲੱਖ ਵਧਾਈਆਂ, ਸਾਰੇ ਨਗਰ ਖੇਡ ਨੂੰ ਲੱਖ ਲੱਖ ਵਧਾਈਆਂ। ਸਭ ਤੋਂ ਪਹਿਲਾਂ ਜੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਪੜ੍ਹਿਆ ਲਿਖਿਆ ਨੌਜਵਾਨ, ਮਿਹਨਤੀ,
नौजवान है ते चंगे काम ही करूगा। इन्हों का परिवार भी नंबरदार साहब चंगे काम ही करते है, कोई माड़ा काम नहीं करते। यह पढ़िया लिखा बच्चा है तो चंगे काम ही करूगा। यह सिक्ख्या सहूलत बारे तो अपने कोई मतलब सेहत सहूलत बारे नशियां का लक तोड़ांगे उहदे वास्ते होड़ वढ़ांगे। बाकी सारे खेडां वास्ते कोई स्टेडियम तो बच्चों उस लाइन कन्नी लैके जावांगे। नशे वाले राह पासों रोकांगे। वाहिगुरू का खालसा वाहिगुरू। हाँ जी सुनो, अच्छ मैनू वाला पिंड ने मैंबर पंचायत मैंबर बनाए ने तेने बारे की हम खुशी है की कहना चाहते हो? हाँ जी सू खुशी है जी, सारे पिंड मैंबर बनाया गया सारे का कम कार वी कर।